ਮੈਂ ਆਪਣੇ ਇੱਕ ਰੀਸੈਂਟ ਵੀਡੀਓ ਵਿੱਚ ਐਕਸਪਲੇਨ ਕੀਤਾ ਸੀਗਾ ਜੀ ਕਿ RRSP ਦੇ ਹੋਮ ਬਾਇਰ ਪਲਾਨ ਵਿੱਚ ਕੀ ਚੇਂਜਸ ਆਏ ਨੇ April 2024 ਤੋਂ, ਉਹਦੇ ਵਿਦਰੋਲ ਰੂਲਸ ਕਿਵੇਂ ਚੇਂਜ ਹੋਏ ਨੇ ਜਾਂ ਫਿਰ ਪੇਬੈਕ ਰੂਲਸ ਕਿਸ ਤਰ੍ਹਾਂ ਚੇਂਜ ਹੋਏ ਨੇ। ਅਤੇ ਇੱਕ ਯੂਜ਼ਰ ਨੇ ਕੁਐਸਚਨ ਪੁੱਛਿਆ ਕਿ ਜੇ ਅਸੀਂ ਹੋਮ ਬਾਇਰ ਪਲਾਨ ਦੇ ਅੰਡਰ ਵਿਦਡਰੋ ਕਰ ਲੈਂਦੇ ਹਾਂ ਅਤੇ ਜੇ ਉਹਨੂੰ ਪੇਬੈਕ ਹੀ ਕਰਨਾ ਹੈ ਤਾਂ ਉਹਦਾ ਫਾਇਦਾ ਕੀ ਹੋਇਆ, ਸਾਡੀ ਮਨੀ ਤਾਂ ਫਿਰ ਬਲੌਕ ਹੋ ਗਈ RRSP ਵਿੱਚ। ਸੋ ਇਸ ਚੀਜ਼ ਨੂੰ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕਰੋ ਜੀ। RRSP ਇਜ਼ ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ। ਇਸ RRSP ਵਿੱਚ ਜਦੋਂ ਤੁਸੀਂ ਪੈਸੇ ਸੇਵ ਕਰਦੇ ਹੋ, ਇਨਵੈਸਟ ਕਰਦੇ ਹੋ, ਯੂ ਆਰ ਸੇਵਿੰਗ ਐਂਡ ਇਨਵੈਸਟਿੰਗ ਫੋਰ ਯੋਰ ਰਿਟਾਇਰਮੈਂਟ ਇਨਕਮ ਪਰਪਸਿਸ। RRSP ਵਿੱਚ ਜੋ ਵੀ ਤੁਸੀਂ ਕੰਟਰੀਬਿਊਟ ਕੀਤਾ, ਯੂ ਹੈਵ ਨੈਵਰ ਪੇਡ ਐਨੀ ਟੈਕਸਿਸ ਔਨ ਇਟ ਅੰਟਿਲ ਯੂ ਵਿਦਡਰਾ ਡਿਊਰਿੰਗ ਯੋਰ ਰਿਟਾਇਰਮੈਂਟ। ਨਾ ਗਵਰਨਮੈਂਟ ਨੇ ਕੀ ਕੀਤਾ ਕਿ ਜਦੋਂ ਰਿਟਾਇਰਮੈਂਟ ਲਈ ਤੁਸੀਂ ਸੇਵ ਕਰ ਰਹੇ ਹੋ, ਉਹਨਾਂ ਨੇ ਇੱਕ ਪ੍ਰੋਵਿਜ਼ਨ ਦਿੱਤੀ ਸੀ ਤੁਹਾਨੂੰ ਹੋਮ ਬਾਇਰਸ ਪਲਾਨ ਜਿਹਨੂੰ ਆਪਾਂ ਕਹਿੰਦੇ ਹਾਂ, ਇਫ ਯੂ ਵਾਂਟ ਟੂ ਬਾਈ ਯੋਰ ਫਸਟ ਹੋਮ ਯੂ ਕੈਨ ਵਿਦਡਰਾ ਮਨੀ ਫਰੋਮ RRSP ਟੂ ਬਾਈ ਯੋਰ ਫਸਟ ਹੋਮ ਟੈਕਸ ਫਰੀ, ਬਟ ਅਗੇਨ ਡੋਂਟ ਫੋਰਗੈਟ ਯੂ ਹੈਵ ਨਾਟ ਪੇਡ ਐਨੀ ਟੈਕਸ। ਸੋ ਗਵਰਨਮੈਂਟ ਵਾਂਟਸ ਯੂ ਟੂ ਪੁੱਟ ਬੈਕ ਮਨੀ ਇਨ ਟੂ ਯੋਰ RRSP ਕਿ ਜਦੋਂ ਤੁਸੀਂ ਰਿਟਾਇਰ ਹੋ ਐਂਡ ਯੂ ਵਿਦਡਰਾ, ਦੇ ਕੈਨ ਟੈਕਸ ਯੂ ਡਿਊਰਿੰਗ ਯੋਰ ਰਿਟਾਇਰਮੈਂਟ। So that is actually the purpose and intention of RRSP. Saving for your home and RRSP was never the intention of RRSP. In fact, je tuhanda sole purpose ehi hai ki tusi ghar di down payment layi save karna hai, then I think jehda last year 2022 which announced hoya siga FHSA account, first home saving account, that is actually a better account if you want to save for your house down payment, not RRSP. RRSP is meant to be used for retirement income planning, and it is very tax efficient, but again it is not for everyone. It depends ke tuhadi income kinni hai te how many years are left to invest and all that stuff. I hope this clarifies a little bit. Te je tuhada koi apna hor question hai RRSP nu leke, TFSAs ਜਾਂ FHSA ਨੂੰ ਲੈ ਕੇ, ਤੁਸੀਂ ਹਮੇਸ਼ਾ ਕਾਲ ਕਰ ਸਕਦੇ ਹੋ ਜੀ। ਨੰਬਰ ਉਹੀ ਹੈ 416-270-1234 416-270-1234। ਥੈਂਕਸ ਫੋਰ ਸਟਾਪਿੰਗ ਬਾਏ। ਸਾਗੁਨ ਗੋਇਲ।